ਉਪਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਇਸ ਵੀਡੀਓ ਨੂੰ ਜਲਦੀ ਜਲਦੀ ਲਾਈਕ ਕਰ ਦਿਓ ਤੇ ਜਲਦੀ ਜਲਦੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਚੜਾ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਾਡਾ ਇੱਕ ਕੀ ਕਹਿੰਦੇ ਨੇ ਤਾਇਆ ਤਾਜਾ ਭਰਾ ਸ਼ਹੀਦ ਹੋਇਆ ਤੇ ਜਿਹਦੀਆਂ ਤੁਸੀਂ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਬਹੁਤ ਵੀਡੀਓ ਦੇਖੀਆਂ ਨੇ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਇਹੋ ਜਿਹੇ ਸ਼ਖਸੀਅਤ ਨੂੰ ਬੁਲਾਇਆ ਜਿਨ੍ਹਾਂ ਨੇ ਤਾਇਆ ਤਾਜਾ ਵਿਆਹ ਕਰਾਇਆ ਤੇ ਅਸੀਂ ਛੜਾ ਟੀਵੀ ਦੇ ਸਾਰੇ ਫੈਨਸ ਨੂੰ ਇੱਕ ਨਵੇਂ ਐਕਸਪੀਰੀਅੰਸ ਦੇ ਨਾਲ ਵਾਕਫ ਕਰਾਉਣ ਲਈ ਸਟੂਡੀਓ 'ਚ ਕੀ ਕਹਿੰਦੇ ਨੇ ਸੱਦਾ ਦੇਣ ਜਾ ਰਹੇ ਹਾਂ ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਸੁਰੀਲੇ ਭਰਾ ਯੁਵਰਾਜ ਹੰਸ ਜੀ ਨੂੰ। ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕ ਨੇ ਜਿਹੜੇ ਉਹ ਤੁਹਾਨੂੰ ਵਧਾਈ ਦੇਣਾ ਚਾਹੁੰਦੇ ਨੇ ਤੇ ਤੁਹਾਡੇ ਨਾਲ ਉਨੀ ਸਹਾਨੁਭੂਤੀ ਵੀ ਰੱਖਦੇ ਨੇ ਕਿਉਂਕਿ ਤੁਹਾਡਾ ਅੱਗੇ ਜਾ ਕੇ ਪਤਾ ਲੱਗੂ ਕੀ ਹੋ ਗਿਆ ਹੈ ਤੇ ਸਭ ਤੋਂ ਪਹਿਲਾਂ ਤੁਸੀਂ ਇਸ ਤੋਂ ਪਹਿਲਾਂ ਆਪਾਂ ਪੋਜ਼ਿਟਿਵਸ ਬਾਰੇ ਗੱਲ ਕਰਦੇ ਹਾਂ ਜਿਵੇਂ ਰੋਟੀ ਬਣੀ ਬਣਾਈ ਮਿਲਦੀ ਆ, ਕੱਪੜੇ ਪ੍ਰੈਸ ਕੀਤੇ ਮਿਲਦੇ ਨੇ ਤੇ ਚਾਹ ਬਣੀ ਬਣਾਈ ਮਿਲਦੀ ਆ। ਉਸ ਤੋਂ ਬਾਅਦ ਆਪਾਂ ਨੈਗੇਟਿਵਸ ਦੀ ਗੱਲ ਕਰਦੇ ਹਾਂ, ਭਾਂਡੇ ਧੋਣੇ ਪੈਂਦੇ ਨੇ, ਕੱਪੜੇ ਧੋਣੇ ਪੈਂਦੇ ਨੇ ਤਾਂ ਹੀ ਪ੍ਰੈਸ ਹੁੰਦੇ ਨੇ। ਰੋਟੀ ਮੈਂ ਕਦੇ ਕਦੇ ਆਪ ਵੀ ਬਣਾਉਂਦਾ। ਰੋਟੀ ਤੁਸੀਂ ਬਣਾ ਰਹੇ ਹੋ, ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਵਿਆਹ ਕਰਕੇ? ਤੁਹਾਨੂੰ ਕੀ ਤੁਸੀਂ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਕੀ? ਦੇਖੋ ਮਜ਼ਾਕੀਆ ਤੌਰ ਤੇ ਨਾ ਜਾਈਏ, ਸੀਰੀਅਸ ਦੇ ਹਨਾ ਜੀ, ਤੇ ਜੇ ਤੁਹਾਨੂੰ ਅੱਛਾ ਤੁਹਾਡਾ ਕੰਪੈਨੀਅਨ ਮਿਲ ਜਾਵੇ, ਅੱਛਾ ਤੁਹਾਡਾ ਸਾਥੀ ਮਿਲ ਜਾਵੇ। ਇੰਨੀਆਂ ਕਿਊਟ ਗੱਲਾਂ ਕਰਦਾ ਨਾ ਯੁਵਰਾਜ ਬਾਈ, ਕਪਲ ਗੋਤ ਫੋਨ ਕਿੱਥੇ ਤੁਹਾਡਾ ਦਿਖਾਓ ਪਹਿਲਾਂ ਨਾ ਮੇਰਾ ਫੋਨ। ਵਧੀਆ ਚੀਜ਼ਾਂ ਦੱਸਤੀਆਂ ਕਿ ਥੋੜੀ ਲੜਾਈ ਹੁੰਦੀ ਹੈ, ਸੱਚੀ ਲੜਾਈਆਂ ਹੁੰਦੀ ਹੈ ਪ੍ਰੋਪਰ? ਹਾਂ ਹਾਂ, ਵਿਆਹ ਤੋਂ ਬਾਅਦ ਹੋਈ ਲੜਾਈ ਦੱਸੋ ਜਿਹੜੀ ਮੇਨ ਗੱਲ ਹੈ। ਝੂਠ ਬੋਲਿਆ ਗਿਆ। ਅਸੀਂ ਕੱਲ ਨਾ ਸ਼ੂਟ ਕਰ ਰਹੇ ਸੀ ਤੇ ਸ਼ੂਟ ਕਰਦੇ ਥੱਕ ਗਏ ਬਹੁਤ ਜ਼ਿਆਦਾ ਤੇ ਭੁੱਲਰ ਕਹਿੰਦਾ ਕਿ ਬਾਈ ਯਾਰ ਅੱਜ ਤਾਂ ਰਿਸ਼ਤੇ ਪਰਖੇ ਜਾਣਗੇ ਕਿ ਅੱਜ ਭਾਬੀ ਸੇਵਾ ਕਰੂਗੀ। ਨਹੀਂ ਯਾਰ, ਕਹਿੰਦੇ ਮੈਂ ਨਾ ਸੇਵਾ ਕਰ ਦਊਂਗਾ ਪਰ ਮੈਂ ਕਰਾ ਨਹੀਂ ਸਕਦਾ। ਇਹ ਗੱਲ ਤਾਂ ਤੁਹਾਡੀ ਝੂਠ ਹੈ ਕਿ ਤੁਸੀਂ ਈਗੋਇਸਟਿਕ ਹੋ। ਥੋੜਾ ਜਿਹਾ ਨਾ ਮੈਨੂੰ ਮਨਾਉਣ 'ਚ ਥੋੜਾ ਔਖਾ ਲੱਗੇ, ਮੈਂ ਗੁੱਸੇ ਹੋ ਜਾਵਾਂ ਸਪੈਸ਼ਲੀ ਜਦੋਂ ਉਹਦੀ ਗਲਤੀ ਹੋ ਜਾਵੇ। ਅੱਛਾ, ਭਾਬੀ ਦੀ ਗਲਤੀ ਵੀ ਹੁੰਦੀ ਹੈ? ਤੁਸੀਂ ਗੱਲ ਕਹਿ ਰਹੇ ਸੀ ਅਕਸਰ ਹੁੰਦੀ ਹੈ ਇਕੜੇ ਇਕੜੇ ਇੰਗੋ। ਅੱਛਾ, ਹੁਣ ਮੇਰੇ ਗੋਲੀਆਂ ਹੀ ਆ ਘਰ ਜਾਂਦੇ ਆ। ਅੱਛਾ, ਆ ਜਾ ਕਾਕਾ ਤੇਰੇ। ਜੀ ਨਾ ਕਰਦਾ ਹੋਵੇ ਮਿਲਣ ਦਾ, ਜਾਂ ਜੀ ਨਾ ਕਰਦਾ ਹੋਵੇ ਕਿਤੇ ਜਾਣ ਦਾ, ਜੀ ਨਾ ਕਰਦਾ ਹੋਵੇ ਫਿਲਮ ਦੇਖਣ ਦਾ, ਪਰ ਤੁਹਾਨੂੰ ਫਿਰ ਵੀ ਜਾਣਾ ਪੈ ਗਿਆ ਤਾਂ ਠੀਕ ਆ, ਮੈਨੂੰ ਕਰਨਾ ਪੈਣਾ? ਨਹੀਂ, ਸੱਚੀ ਦੱਸਾਂ ਨਹੀਂ, ਮੈਂ ਸੱਚੀ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਨਾ ਔਰ ਜਦੋਂ ਖੁਸ਼ ਹੁੰਦੀ ਹੈ ਮੈਨੂੰ ਉਸ ਤੋਂ ਡਬਲ ਤੇ ਜੋਰੀ ਸੀ। ਨਹੀਂ ਐਂ ਨਵੀਂ ਵੀਡੀਓਜ਼ ਲਈ ਨੋਟੀਫਾਈਡ ਰਹਿਣ ਲਈ ਕਾਈਂਡਲੀ ਪ੍ਰੈਸ ਦ ਬੈਲ ਆਈਕਨ।